ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਹਰਜੀਤ ਕੌਰ ਹੈ। ਮੇਰਾ ਨਾਮ ਅਮਰਜੀਤ ਕੌਰ ਹੈ। ਮੈਂ ਸ਼ਹੀਦ ਭਾਈ ਧਰਮਜੀਤ ਸਿੰਘ ਦੀ ਬੇਟੀ ਹਾਂ। ਮੇਰੇ ਡੈਡੀ ਦਾ ਨਾਂ ਸ਼ਹੀਦ ਭਾਈ ਧਰਮਜੀਤ ਸਿੰਘ। ਮੈਂ ਆਪਣੇ ਪਿਤਾ ਦਾ ਪਿਆਰ ਨਹੀਂ ਲਿਆ, ਮੈਂ ਉਹਨਾਂ ਨੂੰ ਦੇਖਿਆ ਵੀ ਨਹੀਂ ਵੀ ਉਹ ਕਿਵੇਂ ਦੇ ਹੀ। ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਦੁੱਖ ਭਰੀ ਕਹਾਣੀ ਸੁਣੀ ਜਾਵੇ। ਚਾਰ ਨੂੰ ਮੇਰੀ ਮੈਰਿਜ ਹੋਈ ਆ। ਮੈਂ ਇਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਕਿ ਮੈਂ ਮੇਰੇ ਪਾਪਾ ਸ਼ਹੀਦ ਦੇ ਸਿੰਘਾਂ ਵਿੱਚ ਸੀਗੇ, ਇਸ ਕਰਕੇ ਉਹਨਾਂ ਨੇ ਮੈਨੂੰ ਮੇਰੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੂੰ ਅੱਤਵਾਦੀ ਦੀ ਧੀ ਆ, ਅਸੀਂ ਨਹੀਂ ਤੈਨੂੰ ਰੱਖਣਾ, ਤੂੰ ਅੱਤਵਾਦੀ ਦੀ ਧੀ ਆ। ਅਤੇ ਮੇਰੀ ਭੈਣ ਛੋਟੀ, ਉਹਦੇ ਵੀ ਸਹੁਰਿਆਂ ਨੇ ਵੀ ਉਹਨੂੰ ਬੇਦਖਲ ਕੀਤਾ ਹੋਇਆ ਹੈ, ਉਹਨੂੰ ਵੀ ਕਹਿੰਦੇ ਕਿ ਤੂੰ ਅੱਤਵਾਦੀ ਦੀ ਧੀ ਆ, ਅਸੀਂ ਨਹੀਂ ਤੈਨੂੰ ਰੱਖਣਾ। ਉਹਨੂੰ ਵੀ ਉਹਨਾਂ ਨੇ ਬੇਦਖਲ ਕਰਕੇ ਘਰੋਂ ਕੱਢ ਦਿੱਤਾ। ਉਹਦੇ ਵੀ ਛੋਟੇ ਛੋਟੇ ਬੱਚੇ ਨੇ। ਅਸੀਂ ਦੋਵੇਂ ਭੈਣਾਂ ਆਪਣੀ ਮੰਮੀ ਦੇ ਕੋਲ, ਆਪਣੀ ਮੰਮੀ ਦੇ ਘਰ ਰਹਿੰਦੀਆਂ ਵਾਂ। ਮੇਰਾ ਵਿਆਹ 2005 ਸਾਲ ਵਿੱਚ ਕੀਤਾ ਮੇਰੀ ਮੰਮੀ ਨੇ। ਬਾਅਦ ਵਿੱਚ 5 ਮਹੀਨੇ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਸਨਕੋਰ ਦਵਾਈ ਦੇ ਦਿੱਤੀ, ਜ਼ਹਿਰੀਲੀ ਦਵਾਈ। ਅਤੇ ਇਹਨਾਂ ਨੇ ਇਹੀ ਗੱਲ ਕਹੀ ਵੀ ਇਹਨੂੰ ਮਿਰਗੀ ਪੈਣੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਉੱਥੇ ਮੈਨੂੰ ਸੁੱਟ ਦਿੱਤਾ। ਫਿਰ ਅਸੀਂ 6-7 ਸਾਲ ਤੱਕ ਅਸੀਂ ਇਕੱਠੇ ਆਪਣੀ ਮੰਮੀ ਦੇ ਘਰ ਕੋਲ ਦੇ ਰਹੇ ਹਾਂ। ਇਸ ਕਰਕੇ ਅਸੀਂ ਹੱਥ ਜੋੜਨੇ ਹਾਂ ਕਿ ਸਾਡੇ ਘਰ ਕਿਸੇ ਵੇਲੇ ਖਾਣ ਹੁੰਦਾ, ਕਿਸੇ ਵੇਲੇ ਨਹੀਂ ਹੁੰਦਾ। 4-4 ਦਿਨ ਭੁੱਖੇ ਬੈਠੇ ਰਹਿੰਦੇ ਹਾਂ। ਆਹ ਸਾਡਾ ਹੀ ਘਰ ਆ, ਡਿੱਗਾ ਢੱਠਾ ਪਿਆ ਏ। ਅਸੀਂ ਹੱਥ ਜੋੜਨੇ ਕਿ ਸਾਨੂੰ ਘਰ ਬਣਾ ਕੇ ਦਿੱਤਾ ਜਾਵੇ। ਵੀਰ ਜੀ, ਮੈਂ ਉਹਨਾਂ ਨੂੰ ਆਉਂਦੀ ਹੁੰਦੀ ਹਾਂ ਵੀ ਮਤਲਬ ਜਦੋਂ ਵੀ ਤੁਸੀਂ ਇਹਨਾਂ ਕੰਮਾਂ ਵਿੱਚ ਤੁਰ ਪਏ ਹੋ, ਅਤੇ ਜੇ ਤੁਹਾਨੂੰ ਕੋਈ ਗੱਲ ਹੋ ਗਈ ਅਤੇ ਕੋਈ ਭੈਣ ਭਰਾ ਮੇਰੀ ਬਾਂਹ ਨਾ ਫੜੂਗਾ, ਕੀ ਖਾਵਾਂਗੀ ਅਤੇ ਕੀ ਕਰਾਂਗੀ। ਇੱਥੇ ਤਾਂ ਆਪਣੇ ਹੀ ਜਿਹੜੇ ਮਤਲਬ ਔਖੀ ਵੇਲੇ ਛੱਡ ਜਾਂਦੇ ਨੇ ਸਾਥ, ਅਤੇ ਪਰਿਵਾਰ ਤੇਰਾ ਰਲ ਜੂਗਾ। ਤਾਂ ਆਖਣ ਲੱਗਾ ਵੀ ਬੜੇ ਭੈਣ ਭਰਾ ਤੇਰੀ ਬਾਂਹ ਫੜਨਗੇ, ਪਰ ਕਿਸੇ ਨੇ ਬਾਂਹ ਨਹੀਂ ਫੜੀ। ਸ਼ਹੀਦ ਹੋ ਗਿਆ, ਮੈਨੂੰ ਕਿਹਨੇ ਸਿਰ 'ਤੇ ਛੱਡ ਗਏ। ਮੈਂ ਕੀ ਖਾਵਾਂ, ਕੀ ਕਰਾਂ, ਕਿੱਦਾਂ ਮੈਂ ਇਹਨਾਂ ਧੀਆਂ ਨੂੰ ਪਾਲਾਂਗੀ। ਕੋਈ ਭੈਣ ਭਰਾ ਮੇਰੀ ਬਾਂਹ ਨਹੀਂ ਫੜਨਾ, ਮੇਰੇ ਭੈਣ ਭਰਾ ਮੇਰੀ ਬਾਂਹ ਫੜਨਾ।